हाँ जी, मेरे वालों थोनों सारयां नूं सत श्री अकाल ते स्वागत है थोड़ा साडे नवें व्लॉग दे विच। ते मैं हुणी हुणी हाले उठिया क्योंकि सुबह आया सी काम तो रात दी ड्यूटी है ना। ते हुण नहा के ते फिर रोटी रुटी वगैरह खांदे आ ते उस तो बाद देखदे आ। ज़्यादातर रैसट ही करनी पैंदी है दिन नूं, फिर रात दे थक्के दा काम तो। ते चलो फिर देखियो फिर ब्लॉग वीडियो में शुरू तो एंड तक देखियो। तो चैनल पर जो नवे ने तो चैनल कर लो सबसक्राइब। ठीक है ते ठीक है फिर पहले नहाते हैं आप। ले लिया देखो सुबह सुबह गाजर और इधर टमाटर। तो हूँ नहाने तो पहला ना आप बाहर का मौसम ही देख लिए ना। सूरज निकलिया, बदल भी है क्या ते वैसे उधर नहीं बदल है, नहीं मीह वाले है नहीं, वैसे ही उपर सूरज दे आए हुए हैं, बाकी तो ज़्यादा साफ ही है। ते झाड़ू लग रहा, सिमरन लाई जी झाड़ू। ते आओ प्या पानी, मैं हूँ नहाऊंगा गर्म होया वा। लो जी नहा लिया वा, धुप्पे बैठा, ठंड भी लग रही थे। लोई ला पा के हाले कपड़े का पाने हैं ते बस फिर खाते हैं रोटी। इधर लस्सी आ चुकी, ये पई है लस्सी, इधर पिया मित्रा, तो उधर दाल गर्म हो रही है। तो अवनीत प्रनीत अज गई स्कूल, तो मैं सुबह छड़ के आया सी। तो तकरीबन 10 दिन बाद गई स्कूल है ना, 10 दिन बाद नहीं। हाँ ਉਹ ਕਹੇ ਨੇ ਕੁਝ ਦਿਨ ਜਿਸ ਦਿਨ ਉਹ ਤੁੰਦ ਪਹਿਲੇ ਦਿਨ ਪਈ ਸੀ ਜ਼ਿਆਦਾ ਉਸ ਦਿਨ ਮੈਡਮਾਂ ਕਹਿੰਦੀਆਂ ਕਰੇ ਰੱਖ ਲਓ ਬੱਚਿਆਂ ਦੇ ਵਿੱਚ ਪਈ ਸੀ। 2-3 ਦਿਨ ਠੰਡ ਪਈ ਸੀ ਤਾਂ ਮੈਡਮਾਂ ਨੇ ਕਿਹਾ ਸੀ ਕਿ ਉਹਨਾਂ ਟਾਈਮ ਸਕੂਲ ਨਾ ਭੇਜੋ ਜਿੰਨਾ ਟਾਈਮ ਸਹੀ ਤਰੀਕੇ ਨਾਲ ਦਿਨ ਨਹੀਂ ਲੱਗਦੇ। ਅਤੇ ਹੁਣ ਦਿਨ ਵਧੀਆ ਲੱਗਣ ਲੱਗ ਗਿਆ ਅਤੇ ਅੱਜ ਭੇਜ ਤਾ ਸਕੂਲ। ਕਿੱਦਾਂ ਬੱਦਲ ਕਿੱਦਾਂ ਦੇ, ਸੂਰਜ ਨੂੰ ਐਂ ਲਕੋਇਆ ਹੋਇਆ, ਇੱਦਾਂ ਤਾਂ ਹੀ ਅੱਜ ਰਹੂਗਾ ਮੌਸਮ। ਜਾਂ ਕਿਤੇ ਧੁੱਪ ਨਿਕਲੂਗੀ ਕਿਤੇ ਬੱਦਲ। ਅਤੇ ਸਿਮਰਨ ਨੇ ਲਾ ਲਈ ਮਸ਼ੀਨ ਕੱਪੜੇ ਸਿਉਣ ਵਾਲੀ। ਟਾਈਮ ਵੀ 12:10 ਹੋ ਗਏ, 12:30 ਵਜੇ ਅਵਨੀਤ ਪ੍ਰਨੀਤ ਨੂੰ ਲੈ ਆਉਣਾ ਸਕੂਲੋਂ। 12:40 ਹੋ ਗਏ ਅਤੇ ਅਵਨੀਤ ਪ੍ਰਨੀਤ ਨੂੰ ਸਕੂਲੋਂ ਲੈ ਕੇ ਆਉਣਾ, ਟਾਈਮ ਹੋ ਗਿਆ ਛੁੱਟੀ ਦਾ। ਅਤੇ ਥੋੜ੍ਹਾ ਜਿਹਾ ਮਤਲਬ ਉਹਨਾਂ ਦਾ ਖਾਣਾ ਖੁਣਾ ਹੈ ਨਾ, ਹੁਣ ਖਾ ਲਿਆ ਆਉਣਾ ਉਹਨਾਂ। ਅਤੇ ਵੈਸੇ ਤਾਂ 12:00 ਵਜੇ ਛੁੱਟੀ ਹੋ ਜਾਂਦੀ ਹੈ ਅਤੇ ਹੁਣ ਐਨ ਪੂਰਾ ਖਾਣਾ ਖੁਣਾ ਖਾ ਕੇ ਵਿਹਲੀਆਂ ਹੋ ਗਈਆਂ ਹੋਣੀਆਂ। ਹੁਣ ਮੈਂ ਜਾਂਦਾ ਅਤੇ ਲੈ ਆਉਂਦਾ। ਐਕਟਿਵਾ ਨੂੰ ਸਟਾਰਟ ਕਰਕੇ ਦੇਖ ਲਿਆ ਸੀ, ਪਹਿਲਾਂ ਹੋਈ ਨਹੀਂ ਸਟਾਰਟ, ਉਹਨਾਂ ਨੂੰ ਲੈ ਕੇ ਆਉਣਾ ਮੈਂ। ਪਰੀ ਜਦੋਂ ਗਈ ਸੀ ਨਾ ਸਕੂਲ ਸਵੇਰੇ ਤੇ ਇਹਦੇ ਹੱਥ 'ਚ ਇੰਨਾ ਆਟਾ, ਇੱਕ 'ਚ ਰੋਟੀ ਜਿੰਨਾ ਪੂਰਾ ਆਟਾ ਸੀ ਅਤੇ ਮੈਂ ਫੜਿਆ। ਮਾਸਟਰ ਨੇ ਵੇਖ ਲੈਂਦਾ, ਉਹਨੇ ਕਹਿਣਾ ਸੀ ਇਹਨੂੰ ਘਰੇ ਰੱਖੋ, ਅਜੇ ਤਾਂ ਆਟੇ ਨਾਲ ਖੇਡਦੀ ਹੈ। ਸ਼ਲਗਮਾ ਸ਼ਲਗਮ ਨਹੀਂ ਨਹੀਂ ਆਪਾਂ ਇਹਨਾਂ ਦਾ ਭਾਗ ਬਣਾਉਂਦੇ। ਉਹਨੂੰ ਵੀ ਮਿਲੀ ਕਰ ਲੈਂਦੇ ਆ ਪਰੀ ਨੂੰ ਵੀ ਪਰੀ ਦਾ ਕਰ। ਮੰਮਾ ਮੈਂ ਉਹ ਪਚਾਮੇ ਪਾ ਰਹਾ ਹਾਂ। ਆ ਲਾ ਦੇ ਚੰਮ ਪਾਈ ਕਰ। ਇਹ ਤੇ ਰੱਖਿਆ ਅੰਦਰ ਬਾਥਰੂਮ ਦੇ ਰੱਖ। ਉਹ ਉਹਨੇ ਫੜ ਲਿਆ ਬੈਗ ਉਹਨਾਂ ਦਾ। ਕਮ ਆਈ ਕਿੱਥੇ ਆਈ ਆਈ ਕਿੱਥੇ ਹੈ ਆ ਆਈ ਠੀਕ। ਸਾਰੇ ਸ਼ਰਾਰਾ ਲੋ ਜੀ, ਜਵਾਕ ਜੋਕ ਸਾਰੇ ਗਏ ਖੇਲਣ ਤੇ ਆਪਾਂ ਵੀ ਚੱਲਦੇ ਹਾਂ ਹੁਣ ਖੇਤ ਨੂੰ, ਗੇੜਾ ਮਾਰ ਕੇ ਆਈਏ। ਅਤੇ ਨਾਲੇ ਲੈ ਕੇ ਆਉਣੀਆਂ ਧਨੀਆ ਅਤੇ ਮੂਲੀਆਂ, ਉਹ ਲੈ ਕੇ ਆਉਂਦੇ ਹਾਂ ਅਤੇ ਚੱਲਦੇ ਹਾਂ ਫਿਰ ਖੇਤ ਨੂੰ। ਕੂੜਾ ਇਹ ਵੀ ਸੁੱਟ ਕੇ ਆਉਣਾ,
ਦੋ ਤਿੰਨਾਂ ਦਿਨਾਂ ਦਾ ਜੁੜਿਆ ਹੋਇਆ ਨਾ ਵੀ ਨਹੀਂ ਜਦੋਂ ਲਾਇਆ ਸੀ ਨਾ ਲਓ ਜੀ ਪਹੁੰਚ ਗਏ ਖੇਤ ਓਏ ਸੜ ਤਾਂ ਇੱਥੇ ਆ ਪੀਲੇ ਪੀਲੇ ਫੁੱਲ ਸਰੋਂ ਦੇ ਫੁੱਲ ਆ ਕਿੰਨੇ ਘੈਂਟ ਦਿੱਤੇ ਅਤੇ ਨਾਲੇ ਆ ਲਸਣ ਵੀ ਗੁੱਡਿਆ ਗਿਆ ਅਤੇ ਦੇਖਦੇ ਹਾਂ ਉਹ ਵੀ ਅਤੇ ਧਨੀਆ ਵਗੈਰਾ ਅਤੇ ਮੂਲੀਆਂ ਵਗੈਰਾ ਹੈ ਨਾ ਲੈ ਕੇ ਜਾਣੀਆਂ ਇੱਥੋਂ ਪੱਟ ਲੈਂਦੇ ਹਾਂ ਮੂਲੀਆਂ ਅਤੇ ਆਹ ਲੱਗਣ ਲੱਗ ਗਏ ਬਰੀਕ ਬਰੀਕ ਲੱਗਣ ਲੱਗ ਗਏ ਮੂੰਗਰੇ ਹਲੇ ਤਾਂ ਬਣਨ ਵਾਲੇ ਆ ਇੱਧਰ ਲਸਣ ਹੁਣ ਗੁਡਾਈ ਹੋ ਗਈ ਸਫਾਈ ਹੋ ਗਈ ਵਧੀਆ ਪੱਠਿਆਂ ਦੀ ਵੀ ਹੋਣ ਲੱਗ ਗਈ ਹੁਣ ਵਧੀਆ ਗਰੋਥ ਥੋੜ੍ਹੇ ਵੱਡੇ ਹੋ ਗਏ ਪਹਿਲਾਂ ਤਾਂ ਬਹੁਤ ਛੋਟੇ ਛੋਟੇ ਸੀ ਹੁਣ ਠੀਕ ਆ ਉਹ ਤਾਂ ਪਟਲੀਆਂ ਮੂਲੀਆਂ ਉਹ ਪਈਆਂ ਵਾ ਹੁਣ ਚੱਲੀਏ ਅਗਾਂਹ ਇੱਥੇ ਕਿੰਨੀਆਂ ਕਿੰਨੀਆਂ ਹਾਂ ਆਹ ਥੋੜ੍ਹੀ ਸਹੀ ਹੈ ਨਾ ਵੱਟ ਤੇ ਆ ਵੱਟ ਉੱਪਰ ਲੱਗੀ ਆ ਤਾਂ ਕਰਕੇ ਠੀਕ ਆ ਆਹ ਕੀ ਸ਼ਲਗਮਾਂ ਨੇ ਕਿ ਸਾਗੇ ਇਹ ਸ਼ਲਗਮਾਂ ਲੱਗਦੀਆਂ ਮੈਨੂੰ ਲੱਗਦੀ ਤਾਂ ਸਰੋਂ ਆ ਬਾਕੀ ਦੇਖੀਏ ਕੀ ਆ ਦੇਖ ਥੋੜ੍ਹੀ ਜਿਹੀ ਪੱਟ ਕੇ ਦੇਖ ਚੁੱਕਰ ਜੀ ਹਾਂ ਸ਼ਲਗਮਾਂ ਹੀ ਆ ਛੋਟੀਆਂ ਛੋਟੀਆਂ ਲੈ ਹੁਣ ਧਨੀਆ ਸਿਮਰਨ ਤੋੜ ਰਹੀ ਆ ਉਹ ਸਾਹਮਣੇ ਦੇਖੋ ਮੂਲੀਆਂ ਵੀ ਪਟਲੀਆਂ ਦੇਖ ਹੈਗੀ ਇੱਕ ਹੀ ਮੇਰੇ ਕੋਲ ਬਾਕੀ ਉੱਧਰ ਪਈਆਂ ਉਹ ਸਾਈਡ 'ਤੇ ਪਰੇ ਅਤੇ ਚਲੀਏ ਹੁਣ ਬਸ ਪਾਲਕ ਤਾਂ ਨਹੀਂ ਤੋੜਨੀ ਚਲੋ ਠੀਕ ਇੱਧਰ ਉਹਦੀ ਚਾਹ ਉੱਪਰ ਦੀ ਚੱਲਦੇ ਹਾਂ ਇੱਧਰੋਂ ਆਇਆ ਨੂੰ ਇਸ ਸਾਈਡ ਤੋਂ ਇੱਧਰ ਨੂੰ ਆਇਆ ਨੂੰ ਅਤੇ ਉੱਧਰੋਂ ਆਇਆ ਨੂੰ ਅਤੇ ਇੱਧਰੋਂ ਆਇਆ ਨੂੰ ਆ ਇੱਥੇ ਥੋੜ੍ਹਾ ਲਸਣ ਵਿਰਲਾ ਹੈ ਨਾ ਹੜ ਚਲ ਚੱਕੋ ਇਹਨੂੰ ਵਿੱਚ ਹੀ ਰੱਖ ਲਿਆ ਸਾਮਾਨ ਚਲੋ ਅੱਜ ਅਸੀਂ ਬਣਾਏ ਅੱਜ ਅਸੀਂ ਸੁਕਾਏ ਮੁੱਠੜੇ ਚਲੋ ਚਲੀਏ ਪਹੁੰਚੀਏ ਘਰ ਨੂੰ ਗੈਰੀ ਨੂੰ ਮੈਨੂੰ ਬਾਲ ਦੇ ਵੇਖੀ ਕਿਵੇਂ ਖਾਂਦੀ ਚਾਹ ਨਾਲ ਦੋ ਚਾਰ ਉਹਨੂੰ ਦੋ ਚਾਰ ਇਹਨੂੰ ਮੈਨੂੰ ਲੈ ਜਾ ਬਾਲਟੀ ਵਿੱਚ ਆ ਗਏ ਖੇਤੋਂ ਗੇੜਾ ਮਾਰ ਕੇ ਅਤੇ ਹੁਣ ਪੁੱਠਾ ਦਿਖਣ ਲੱਗ ਗਿਆ ਗਾਜਰਾਂ ਕੱਟਣ ਲੱਗ ਗਈ ਕਿਉਂਕਿ ਹੁਣ ਬਣੂਗੀ ਸਬਜ਼ੀ ਅਤੇ ਮੈਂ ਜਾਣਾ ਵਾ ਕੰਮ 'ਤੇ ਅਤੇ ਟਾਈਮ ਨਾਲ ਫਿਰ ਜਾਣਾ ਅਤੇ ਨਾਲ ਰੋਟੀ ਲੈ ਕੇ ਜਾਵਾਂਗੇ ਇਸ ਕਰਕੇ ਅਤੇ ਮੈਂ ਵੀ ਕਰਦਾ ਹੁਣ ਤਿਆਰੀ ਕੰਮ 'ਤੇ ਜਾਣ ਦੀ ਡੇਢ ਦੋ ਦਾ ਟਾਈਮ ਹੋ ਗਿਆ ਦੋ ਵੱਜ ਚੁੱਕੇ ਆ ਅਤੇ ਪੀਂਦੇ ਹਾਂ ਫਿਰ ਬਣਾ ਕੇ ਚਾਹ ਪਹਿਲਾਂ ਮੈਂ ਚਾਹ ਬਣਾ ਲਵਾਂ ਅਗਲੇ ਇੱਕ ਦੋ ਘੰਟਿਆਂ ਨੂੰ ਤੁਰਨਾ ਰੋਟੀ ਸਬਜ਼ੀ ਬਣੂੰਗਾ ਅਤੇ ਫਿਰ ਉਸ ਤੋਂ ਬਾਅਦ ਅਤੇ ਪਹਿਲਾਂ ਮੈਂ ਚਾਹ ਬਣਾ ਲਵਾਂ ਸਿਮਰਨ ਸਬਜ਼ੀ ਬਣਾਉਂਗੀ ਮੈਂ ਚਾਹ ਨਾਲ ਦੀ ਨਾਲ ਸਟਾਰਟ ਕਰ ਦੇਣਾ ਬਣਾਉਣੀ ਹੈ ਨਾ ਸਹੀ ਆ ਸਹੀ ਗੱਲ ਹੈ ਮੇਰੀ ਹੈਲਪ ਕਰਾਉਂਦੇ ਆ ਪੂਰੀ ਪੂਰੀ ਕੰਮ ਵਿੱਚ ਗਾਜਰਾਂ ਹੀ ਬਹੁਤ ਵਧੀਆ ਮਿੱਠੀ 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 ਬਹੁਤ ਗਾਜਰ ਹੈ ਨਾ ਲਓ ਜੀ ਚਾਹ ਆਪਾਂ ਬਣਾਤੀ ਆ ਆ ਜਾਓ ਪੀ ਲਓ ਜੀ ਚਾਹ ਨਾਲ ਚਾਵਲ ਚਾਹ ਨਾਲ ਚਾਵਲ ਦੂਸਰੇ
तड़के वाले चौल बहुत स्वाद इदा लगते स्वाद चाह पा के जिदा के मर्जी चौल हो हाले थोड़ी घट आ होर पाइए चाह फुलां नूं पानी पाया हुण ते याद भुल जांदा हुंदा ते ओह ना उधरले वेख लो ये नहीं इस साइड दे सी ओह तो पट्टिया गया ते पानी ना पैण करके ना देखो मुरझाए जांदे सी तां पानी पाया फिर हुण ठीक हो जाणगे सुक चले सी बस आ ठीक है सब तो घंट आ बूटा ते रोटी बन लग गई इधर रोटी बनी जाती है ते आप भी हम तैयारी करिए काम ते जान दी ठीक है कपड़े कपड़े पाइए मोटे ते बदल जे भी बन गया देखो सूरज छुप गया बदलों के उल्ले खराब जहा मौसम लगता लो जी होगी तैयारी काम ते जान दी आ देखो पईया कैट ते मिलदे आ फिर सुबह क्योंकि सुबह आके काम तो 9:30 बजे पहुंचदा हुंना घर ते फिर एडिटिंग अपलोड सुबह ही होगी ते सुबह दा भी थोड़ा जिहा आपां विच ऐड करांगे है ना शूट करके ते ठीक है फिर मिलदे आ सुबह थोड़ी जी चाह होर पीवां गर्म हुंदी दी ते फिर चलदे आ हो जाती है गर्म चाय लो जी हो गई सुबह सुबह दे 9:40 हो चुके तो मैं परी भी छड़ के आ गया तो काम तो भी मैं आ गया घर तो हम नहाते हैं तो फिर उस तो बाद वीडियो जी है ना एडिटिंग करके अपलोड करके दोबारा फिर स्टार्ट करांगे नैक्सट वीडियो तो ठीक है फिर आज की वीडियो इतने तक तो वीडियो चंगी लगी तो वीडियो करो लाइक तो चैनल तो नवे चैनल करो सबसक्राइब तो मिलते हैं फिर किसी